ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਹੋ ਤੇ ਬਾਦਦੇ ਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ 2 ਨੌਜਵਾਨਾਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਤਾਂ ਦੋਸਤੋ ਪਟਿਆਲਾ ਵਿਖੇ ਅਸਮਾਨ ਦਹਿਸ਼ਤ ਦਾ ਮਹੌਲ ਫੈਲ ਗਿਆ ਜਦੋਂ ਸ਼ਹਿਰ ਦੇ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡ ਦੇ ਨੇੜੇ ਕਿਸਨੇ ਸ਼ੁਰਾ ਮਾਰ ਕੇ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਇਸ ਤੋਂ ਬਾਅਦ ਦੋਵੇਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਟਿਆਲਾ ਵਿਖੇ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਹੋਣ ਦੀ ਖਬਰ ਸਾਹਮਣੇ ਆਇਆ ਤੇ ਜਿਨ੍ਹਾਂ ਦੀਆਂ ਖੂਨ ਦੇ ਨਾਲ ਲਤਪਾਤ ਹੋਈਆਂ ਲਾਸ਼ਾਂ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡ ਦੇ ਨੇੜੇ ਬਰਾਮਦ ਹੋਈਆਂ ਹਨ ਜਾਣਕਾਰ ਦੇ ਅਨੁਸਾਰ ਇਹਨਾਂ ਨੌਜਵਾਨਾਂ ਦਾ ਕਤਲ ਸ਼ੁਰਾ ਮਾਰ ਕੇ ਕੀਤਾ ਗਿਆ ਹੈ ਕਤਲ ਕੀਤੇ ਗਏ ਨੌਂ ਬੰਨਾਂ ਦੇ ਪਛਾਣ ਨੁਕਲਾ ਤੇ ਅਨਿਲ ਦੇ ਰੂਪ ਵਿੱਚ ਹੋਈ ਆ ਜੋ ਕਿ ਦੇ ਰਾਤ ਮੋਟਰਸਾਈਕਲ ਤੇ ਆਪਣੇ ਘਰੋਂ ਕਰੀਬ 12 ਵਜੇ ਕਮਦਲੋਂ ਨਿਕਲੇ ਸੀ ਪਰ ਰਾਤ ਨੂੰ ਹੀ ਕਿਸੇ ਨੇ ਇਹਨਾਂ ਦੋਵੇਂ ਮੁੰਡਿਆਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਅਗਲੀ ਵੱਡੀ ਖਬਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਰਾਵਟ ਪੰਜਾਬਸ ਨੇ ਇਨ੍ਹਾਂ ਰਾਜਾਂ ਵਿੱਚ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ ਕਮਾਂਤਰੀ ਬਾਜ਼ਾਰ ਦੇ ਵਿੱਚ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਆ WTI ਕਰੂਡ 0.32 ਡਾਲਰ ਜਾਂ 0.41% ਦੀ ਗਰਾਵਟ ਦੇ ਨਾਲ 77.58 ਡਾਲਰ ਪ੍ਰਤੀ ਬੈਰਲ ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਬ੍ਰੈਟ ਕਰੂਡ ਹੈ 0.25 ਡਾਲਰ ਜਾਂ 0.31% ਦੀ ਗਰਾਵਟ ਦੇ ਨਾਲ 81.41 ਡਾਲਰ ਤੇ ਕਾਰੋਬਾਰ ਕਰ ਰਿਹਾ ਤੇ ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਆ ਤੇਲ ਮਾਰਕੀਟਿੰਗਾਂ ਕੰਪਨੀਆਂ ਦੇ ਵੱਲੋਂ ਪੈਟਰੋਲ ਆ ਡੀਜ਼ਲ ਦੀਆਂ ਨਾਮੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਿੱਚ ਤੇਲ ਕੀਮਤਾਂ ਵਿੱਚ ਗਿਰਾਵਟ ਆਈ ਹੈ ਜੇਕਰ ਹੁਣ ਇੱਥੇ ਸੂਬਿਆਂ ਦੀਆਂ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਇਹ ਪੈਟਰੋਲ 52 ਪੈਸੇ ਅਤੇ ਡੀਜ਼ਲ 60 ਪੈਸੇ ਸਸਤਾ ਹੋਇਆ ਤੇ ਇਸ ਦੇ ਨਾਲ ਹੀ ਬਿਹਾਰ ਵਿੱਚ ਇਹ ਪੈਟਰੋਲ ਹੈ 43 ਪੈਸੇ ਅਤੇ ਡੀਜ਼ਲ 40 ਪੈਸੇ ਅਤੇ ਰਾਜਸਥਾਨ ਦੇ ਵਿੱਚ ਇਹ ਪੈਟਰੋਲ ਹੈ 37 ਪੈਸੇ ਅਤੇ ਡੀਜ਼ਲ 34 ਪੈਸੇ ਸਸਤਾ ਹੋਇਆ ਹੈ। ਇਸ ਦੇ ਉਲਟ ਹਿਮਾਚਲ ਵਿੱਚ ਇਹ ਪੈਟਰੋਲ 59 ਪੈਸੇ ਅਤੇ ਡੀਜ਼ਲ 52 ਪੈਸੇ ਮੱਧ ਪ੍ਰਦੇਸ਼ ਵਿੱਚ ਇਹ ਪੈਟਰੋਲ ਹੈ 52 ਪੈਸੇ ਅਤੇ ਡੀਜ਼ਲ 52 ਪੈਸੇ ਹਾਤੇ ਉੱਤਰ ਪ੍ਰਦੇਸ਼ ਵਿੱਚ ਆ ਪੈਟਰੋਲਾ 33 ਪੈਸੇ ਤੇ ਡੀਜ਼ਲ ਵੀ 33 ਪੈਸੇ ਮਿੰਗਾ ਹੋਇਆ ਹੈ। ਮਹਾਨਗਰਾਂ ਦੇ ਵਿੱਚ ਆ ਤੇਲ ਦੀਆਂ ਕੀਮਤਾਂ ਵਿੱਚ ਕੋਈ ਵੀ ਬਦਲਾ ਨਹੀਂ ਹੋਇਆ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋ ਘੰਟੇ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅਮਰਤਪਾਲ ਕੋਲੋਂ ਐਨਆਈਏ ਤੇ ਰੋ ਡਿਬਰੂਗੜ ਜਿਲ ਵਿੱਚ ਕਾਰੀਆ ਪਹੁੰਚ ਗਏ ਚ ਵਿਦੇਸ਼ੀ ਫੰਡਿੰਗ ਦੀ ਵੀ ਹੋਵੇਗੀ ਜਾਂਚ ਤਾਂ ਦੋਸਤੋ ਐਤਵਾਰ ਨੂੰ ਭਾਰਤ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਤਪਾਲ ਸਿੰਘ ਨੂੰ ਸਵੇਰੇ ਕਰੀਬ ਪੌਣੇ 7 ਵਜੇ ਪੰਜਾਬ ਪੁਲਿਸ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਅਤੇ ਫਿਰ ਉਸ ਨੂੰ ਬਠਿੰਡਾ ਤੋਂ ਅਸਾਮ ਦੇ ਡਿਬਰੂਗੜ ਜੇਲ੍ਹ ਭੇਜਿਆ ਗਿਆ ਤੇ ਅੱਜ ਸੋਮਵਾਰ ਨੂੰ ਰਾਤਰੀ ਜਾਂਚ ਏਜੰਸੀ ਐਨਆਈਏ ਰਿਸਰਚ ਐਂਡ ਐਨਾਲਿਸਿਸ ਬੰਗਾ ਰ ਸਮੇਤ ਹੋਰ ਕੇਂਦਰੀ ਏਜੰਸੀਆਂ ਅਮਰਤ ਪਾਲ ਤੋਂ ਪੁੱਛ ਗਈਆਂ ਹਨ ਪੁਲਿਸ ਨੇ ਜਾਂਚ ਵਿੱਚ ਦਾਵਾ ਕੀਤਾ ਸੀ ਕਿ ਅਮਰਤ ਪਾਲ ਸਿੰਘ ਨੂੰ ਸਖਲਾਈ ਦੇਣ ਦੇ ਲਈ ਆਈਐਸਆਈ ਨੇ ਦੋ ਅੱਤਵਾਦੀ ਸੰਗਠਨਾਂ ਨੂੰ ਅੱਗੇ ਕੀਤਾ ਸੀ ਜਿਸ ਵਿੱਚ ਇੱਕ ਸਿੱਖਪੁਰ ਜੱਟਸ ਐਸਐਫ ਜਿਹਦਾ ਅੱਤਵਾਦੀ ਗੁਰਪਤਵੰਤ ਸਿੰਘ ਪਨੂਅਤ ਦੂਜਾ ਅਵਤਾਰ ਸਿੰਘਾ ਖੰਡਾ ਹੈ ਜੋ ਕਿ ਬਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਹੈ NIA ਅਤੇ RAW ਦੋਵੇਂ ਏਜੰਸੀਆਂ ਅਮਰਤਪਾਲ ਸਿੰਘ ਤੋਂ ਪੰਜਾਬ ਦੇ ਵਿੱਚ ਅੱਤਵਾਦੀ ਪਾਕਿਸਤਾਨੀ ਅੱਤਵਾਦੀ ਸੰਗਠਨਾ ਦੇ ਸਲੀਪਰ ਸੈਲਜ਼ ਅਤੇ ਏਜੰਟਾਂ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੀਆਂ ਹਨ। ਅਗਲੀ ਖਬਰ ਨਾਬਾ ਦੇ ਵਿੱਚ ਵਾਪਰਿਆ ਵੱਡਾ ਹਾਰਸਾ। ਗੱਡੀਆਂ ਦੇ ਉੱਡੇ ਪਰ ਖੱਤੇ ਤਸਵੀਰਾਂ ਵਿੱਚ ਦੇਖੋ ਖੌਫਨਾਕ ਮੰਜ਼ਰ। ਨਿਆਣੋਸਤੋ ਨਾਬਾਦੇ ਪਾਰਸੋਂ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਤੋਂ ਬਾਅਦ ਸੜਕ ਤੇ ਜਾਮ ਲੱਗ ਗਿਆ ਤੇ ਜਾਣਕਾਰ ਦੇ ਮੁਤਾਬਕ ਇੱਕ ਕੋਲੇ ਦੇ ਨਾਲ ਭਰਿਆ ਵੱਡਾ ਟਰੱਕ ਨਾਬਾ ਤੋਂ ਮੰਡੇ ਗਵਿੰਦਗੜ ਵੱਲ ਨੂੰ ਜਾ ਰਿਹਾ ਸੀ ਇਸ ਦੌਰਾਨ ਟਰੱਕ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਉਹ ਅਨਾਜ ਮੰਡੀ ਦੇ ਨੇੜੇ ਖੜੀਆਂ ਗੱਡੀਆਂ ਤੇ ਜਾ ਚੜਿਆ ਤੇ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਟਰੱਕ ਨੇ ਬਿਜਲੀ ਦੇ ਖੰਬੇ ਤੱਕ ਵੀ ਤੋੜ ਸੋਟੇ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਵਿੱਚ ਤਿੰਨ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਗਨੀਮਤ ਇਹ ਰਹੀ ਕਿ ਹਰਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਐਸਾ ਸਬੰਧਿਤ ਸੂਚਨਾ ਮਿਲਣ ਤੇ ਥਾਣਾ ਭਾਰਸੋਂ ਦੇ ਐਸਆਈ ਗਰਮੀਤ ਸਿੰਘ ਅਤੇ ਹੌਲਦਾਰ ਮਨਿੰਦਰ ਸਿੰਘਾ ਟਿੰਡਸਾ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਲੇਡੀ ਕਨਸਟੇਬਲ ਦੀਆਂ ਨਿਕਲੀਆਂ ਪੋਸਟਾਂ ਜਾਣ ਉਮਰ ਸੀਮਾ ਯੋਗਤਾ ਅਤੇ ਹੋਰ ਡਿਟੇਲ ਮਿਆ ਦੋਸਤੋ ਪਲਾਸ ਬਣਾਉਣ ਦੇ ਵਿੱਚ ਔਰਤਾਂ ਦੀ ਸਮੁលਯਤਾ ਵਾਧੇ ਜਾ ਰਹੀ ਹੈ ਤੇ ਇਸ ਦੇ ਤਹਿਤ ਹੁਣ ਪੱਛਮੀ ਬੰਗਾਲ ਵਿੱਚ ਔਰਤਾਂ ਦੀ ਭਰਤੀ ਕੀਤੀ ਜਾਵੇਗੀ ਤੇ ਜਿਸ ਤਹਿਤ 1420 ਸਾਮੀਆਂ ਭਰੀਆਂ ਜਾਣਗੀਆਂ ਪੱਛਮੀ ਬੰਗਾਲ ਪੁਲਿਸ ਭਰਤੀ ਬੋਰਡ ਨੇ 23 April ਤੋਂ ਲੇਡੀ ਕਾਂਸਟੇਬਲਾਂ ਦੀ ਭਰਤੀ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ ਤੇ ਇਹ ਭਰਤੀ ਲਿਖਤੀ ਪ੍ਰੀਖਿਆ ਅਤੇ ਸਰੀਰਕ ਯੋਗਤਾ ਦੇ ਆਧਾਰ ਦੇ ਉੱਤੇ ਹੋਵੇਗੀ ਇਨ੍ਹਾਂ ਅਸਾਮੀਆਂ ਦੇ ਲਈ ਚਾਹ ਬਣ ਅਤੇ ਯੋਗ ਉਮੀਦਵਾਰ ਵਿਭਾਗ ਦੇ ਅਧਿਕਾਰਤ ਵੈੱਬਸਾਈਟ ਉੱਤੇ ਜਾ ਕੇ ਆਨਲਾਈਨ ਵਿਧੀ ਦੇ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ ਆਓ ਇਨ੍ਹਾਂ ਪੋਸਟਾਂ ਬਾਰੇ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਗਏ ਤੁਹਾਡੀ ਜਾਣਕਾਰੀ ਦੇ ਲਈ ਦੱਸਦੇ ਵੀ ਇਨ੍ਹਾਂ ਅਸਾਮੀਆਂ ਦੇ ਲਈ ਜੇਕਰ ਤਨਖਾਹ ਦੀ ਗੱਲ ਕਰੀਏ ਤਾਂ ਇਹਨਾਂ ਦੇ ਉੱਤੇ ਪੇ ਮੈਟ੍ਰਿਕਸ ਲੈਵਲ 6 ਲਾਗੂ ਹੋਵੇਗਾ ਤੇ ਇਸ ਮੁਤਾਬਕ ਹੀ ਨਵਾਰਤਨਖਾ 22700 ਰੁਪਏ ਤੋਂ ਲੈ ਕੇ 58500 ਰੁਪਏ ਬੰਦੀਆ ਤੇ ਹਦੇ ਨਾਲ ਹੀ ਜੇਕਰ ਆਪਾਂ ਉਮਰ ਸੀਮਾ ਦੀ ਗੱਲ ਕਰੀਏ ਤਾਂ ਉਮੀਦਵਾਰ ਦੀ ਘੱਟ ਤੋਂ ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ ਤੇ ਜਨਰਲ ਵਰਗ ਦੇ ਲਈ ਭਾਰਤ ਤੋਂ ਬਾਅਦ ਉਮਰ 27 ਸਾਲ ਅਤੇ ਹੋਰਨਾ ਰਾਕਮੀਆਂ ਅਸਾਮੀਆਂ ਦੇ ਉਮੀਦਵਾਰਾਂ ਨੂੰ ਭਾਰਤ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਉਮਰ ਸੀਮਾ ਦੇ ਵਿੱਚ ਛੋਟ ਮਿਲੇਗੀ। ਅਗਲੀ ਵੱਡੀ ਖਬਰ ਹੈ ਪੰਜਾਬੀ ਐਨ ਆਰ ਆਈ ਹੈਲਪਲਾਈਨ ਨੰਬਰ ਨਿਕਲਿਆ ਲੁਧਿਆਣਾ ਦੇ ਵਪਾਰੀ ਦਾ। ਗਿਆਨ ਉਸ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਐਨ ਆਰ ਆਈ ਲੋਕਾਂ ਦੀ ਮੌਸਕਲਾਂ ਦੇ ਹੱਲ ਦੇ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਪੰਜਾਬ ਪੁਲਿਸ ਨੇ ਵੀ ਇਹ ਨੰਬਰ ਆਪਣੇ ਪੋਰਟਲ ਤੇ ਲਿਖਿਆ ਹੈ ਭਗਵੰਤ ਮਾਨ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਨੰਬਰ 8194900002 ਹੈ ਐਸਾ ਨੰਬਰ ਦੇ ਜਾਰੀ ਹੋਣ ਤੋਂ ਬਾਅਦ ਲੁਧਿਆਣਾ ਦਾ ਇੱਕ ਵਿਦਿਆਰਥੀ ਕਾਫੀ ਪਰੇਸ਼ਾਨ ਹੈ ਲੁਧਿਆਣਾ ਦੇ ਮਾਲ ਰੋਡ ਦੇ ਉੱਤੇ ਉਹਨਾਂ ਦਾ ਇੱਕ ਵੱਡਾ ਸ਼ੋਅਰੂਮ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਅਸਦਾ ਨੰਬਰ ਪੋਰਟਲ ਤੇ ਪਾ ਦਿੱਤਾ ਗਿਆ ਤੇ ਜਿਸ ਦੇ ਕਾਰਨ ਅਸ ਨੂੰ ਰੋਜ਼ਾਨਾ 700 ਤੋਂ ਲੈ ਕੇ 800 ਲੋਕਾਂ ਦੀਆਂ ਕੋਲਾਂ ਆ ਰਹੀਆਂ ਹਾਂ ਤੇ ਕਬੀਰ ਨੇ ਦੱਸਿਆ ਹੈ ਕਿ ਕਰੀਬ 3:03 ਰਾਤ ਤੱਕ ਅਸ ਨੂੰ ਪੂਨਾ ਆ ਰਹੇ ਹੰਤੇ ਜਿਸ ਕਾਰਨ ਨਾ ਤਾਂ ਉਹ ਸ਼ਾਂਤੀ ਨਾਲ ਸੌਂ ਪਾ ਰਹੇ ਹੰਤੇ ਨਾ ਹੀ ਪੜ੍ਹਾਈ ਕਰ ਪਾ ਰਹੇ ਹੰਤੇ ਕਬੀਰ ਦਾ ਕਹਿਣਾ ਹੈ ਕਿ ਸਰਕਾਰ ਨੇ ਐਨ ਆਰ ਆਈ ਦੇ ਲਈ ਬਹੁਤ ਵਧੀਆ ਆਪਰਾਲਾ ਕੀਤਾ ਪਰ ਇੱਕ ਨਿੱਕੇ ਜੀ ਗਲਤੀ ਕਰਕੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ 200 ਅਮਰੀਕਾ ਤੇ ਕੈਨੇਡਾ ਤੋਂ 250 ਤੋਂ ਲੈ ਕੇ 300 ਕੋਲਾਂ ਆ ਰਹੀਆਂ ਹਨ ਹੋਣਾ ਕਰਨ ਵਾਲੇ ਲੋਕਾਂ ਉਹਨਾਂ ਨੂੰ ਕਾਗਜ਼ ਜਮ੍ਹਾਂ ਕਰਵਾਉਣ ਦਾ ਮਕਾਨ ਅਤੇ ਪਲਾਟ ਤੇ ਕਬਜ਼ਾ ਹੁਣ ਬਾਰੇ ਗੱਲਾਂ ਕਹਿ ਰਹੇ ਹਨ ਤੇ ਕਬੀਰ ਨੇ ਪੰਜਾਬ ਸਰਕਾਰ ਨੂੰ ਇਸ ਕਲੈਰਿਕਲ ਗਲਤੀ ਨੂੰ ਸੁਧਾਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਸਹੀ ਢੰਗ ਦੇ ਨਾਲ ਪੜ੍ਹਾਈ ਕਰ ਸਕੇ ਕਬੀਰ ਨੇ ਦੱਸਿਆ ਹੈ ਕਿ ਜਦੋਂ ਉਸ ਨੂੰ ਪਤਾ ਲੱਗਾ ਹੈ ਕਿ ਉਸ ਦਾ ਨੰਬਰ ਪੰਜਾਬ ਸਰਕਾਰ ਦੇ ਬੋਲ ਇੱਕ ਪੋਰਟਲ ਤੇ ਪਾਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਉਸ ਨੇ ਰੀਟਵੀਟ ਕਰਕੇ ਸਰਕਾਰ ਨੂੰ ਇਸ ਗੱਲ ਦੀ ਸ਼ਿਕਾਇਤ ਕੀਤੀ ਆਗਲੇ ਵੱਡੀ ਖਬਰਾਂ ਸਰਕਾਰੀ ਸਕੂਲਾਂ ਦੇ ਵਿੱਚ ਲੈਕਚਰਾਰਾਂ ਦੀਆਂ 3434 ਅਸਾਮੀਆਂ ਖਾਲੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਲੈਕਚਰਾਰਾਂ ਦੀਆਂ 3434 ਅਸਾਮੀਆਂ ਖਾਲੀ ਪਈਆਂ ਹਨ ਜਿਸ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਅਤੇ 1 April ਤੋਂ ਨਵਾਂ ਵਿਦਿਆਕਾ ਭਰਾਂ ਸ਼ੁਰੂ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਦੇ ਵਿੱਚ 80 ਤੋਂ ਲੈ ਕੇ 90% ਦੀ ਕਿਤਾਬਾਂ ਪਹੁੰਚਾਉਣ ਦਾ ਦਾਵਾ ਕੀਤਾ ਗਿਆ ਹੈ ਪਰ ਸਕੂਲਾਂ ਦੇ ਵਿੱਚ ਪੜਾਉਣ ਵਾਲਿਆਂ ਦੀ ਵੱਡੀ ਘਾਟ ਹੈ ਗਵਰਨਮੈਂਟ ਸਕੂਲਾਂ ਲੈਕਚਰਾਰ ਜੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਤੇ ਸਰਪ੍ਰਸਤ ਹਾਕਮ ਸਿੰਘ ਵਾਲੀਆ ਨੇ ਦੱਸਿਆ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਬਿਆਚਸ ਬਲੇ ਮਾਤ ਭਾਸ਼ਾ ਪੰਜਾਬੀ ਦੀਆਂ 695 ਅੰਗਰੇਜ਼ੀ ਦੀਆਂ 655 ਇਤਿਹਾਸ ਦੀਆਂ 401 ਰਾਜਨੀਤੀ ਸਾਸਤਰ ਦੀਆਂ 377 ਕਮਰਸ ਦੀਆਂ 232 ਸਰੀਰਕ ਸਿੱਖਿਆ ਦੀਆਂ 226 ਹਿੰਦੀ ਦੀਆਂ 43 ਪੰਘੋਲ ਦੀਆਂ 38 ਹੋਮ ਸਾਇੰਸ ਦੀਆਂ 13 ਫਾਈਨ ਆਰਟ ਦੀਆਂ 8, ਸੰਗੀਤ ਦੀਆਂ 8 ਅਤੇ ਸਮਾਜਿਕ ਸਿੱਖਿਆ ਦੀਆਂ 8 ਅਸਾਮੀਆਂ ਖਾਲੀ ਹਨ। ਸਮਰਾਲਾ ਪੁਲਿਸ ਨੇ 1 ਕਿਲੋ ਅਫੀਮ ਸਮੇਤ ਦੋ ਦੋਸ਼ਕਾਂ ਨੂੰ ਕੀਤਾ ਗ੍ਰਿਫਤਾਰ। ਜੀ ਆਂ ਦੋਸਤੋ ਸਮਰਾਲਾ ਪੁਲਿਸ ਨੇ 1 ਕਿਲੋ ਅਫੀਮ ਬਰਾਮਦ ਕਰਕੇ ਦੋ ਦੋਸ਼ਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰ ਦੇ ਅਨੁਸਾਰ ਸਮਰਾਲਾ ਪੁਲਿਸ ਨੇ ਪਿੰਡ ਹੈਦੋ ਨੜੇ ਲੁਧਿਆਣਾ ਚੰਡੀਗੜ੍ਹ ਹਾਈਵੇ ਰੋਡ ਤੇ ਬੱਸ ਸਟੈਂਡ ਤੇ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਬਲਦੇਵ ਸਿੰਘ ਵਰਫਾ ਪਪਾ ਪਾਸੋਂ 1 ਕਿਲੋ ਅਫੀਮ ਬਰਾਮਦ ਹੋਈ ਹੈ। ਸਮਰਾਲਾ ਡੀਐਸਪੀ ਨੇ ਦੱਸਿਆ ਹੈ ਕਿ ਪਹੁੰਚ ਗਿਆ ਦੇ ਦਰਾਂ ਦੋਸ਼ੀ ਬਲਦੇਵ ਨੇ ਦੱਸਿਆ ਹੈ ਕਿ ਉਹ ਇਹ ਆਪੇ ਮਾ ਕਲਦੀਪ ਸ਼ਰਮਾ ਪਾਸੋਂ ਲੈ ਕੇ ਆਇਆ ਸੀ ਅਤੇ ਅੱਗੇ ਵੀ ਉਸ ਕੋਲੋਂ ਲਿਆ ਕੇ ਦੇਵੇ ਗਿਆ ਤੇ ਉਸ ਤੋਂ ਬਾਅਦ ਪੁਲਿਸ ਨੇ ਕਲਦੀਪ ਸ਼ਰਮਾ ਦੇ ਪਤੇ ਤੇ ਛਾਪਾ ਮਾਰ ਕੇ ਮੁੱਲਜੇ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਨੇ 80000 ਰੁਪਏ ਦੇ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਇਹ ਡਰੱਗ ਮਨੀ ਉਹੀ ਹੈ ਜੱਸ ਤੋਂ ਮਲਜਮਾ ਬਲਦੇਵ ਨੇ 1 ਕਿਲੋ ਆਫੀਮ ਬਰਾਮਦ ਕੀਤੀ ਸੀ ਪੰਜਾਬ ਸਰਕਾਰ ਵੱਲੋਂ ਘਟੋ ਘਾਟ ਸਮਰਥਨ ਮਲ ਦੀ ਅਦਾਇਗੀ ਦਾ ਸਭ ਤੋਂ ਵੱਡਾ ਰਿਕਾਰਡ ਕੈਮ ਲਾਲ ਚੰਦ ਘਟਾਰੂ ਚੱਕ ਜੀਹਾਂ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 23 April 2023 ਤੱਕ ਕਿਸਾਨਾਂ ਨੂੰ 11394 ਕਰੋੜ ਰੁਪਏ ਦੇ ਘਟੋ ਘਾਟ ਸਮਰਥਨ ਮਲ ਦੀ ਅਦਾਇਗੀ ਦਾ ਸਭ ਤੋਂ ਵੱਡਾ ਰਿਕਾਰਡ ਬਣਾਇਆ ਹੈ ਜਿਸ ਨਾਲ ਸੱਤਾ ਵਿੱਚ ਆਉਣ ਦੇ ਉਪਰੰਤ ਆਪਣੀ ਸਰਕਾਰ ਦੇ ਵੱਲੋਂ ਬਣਾਏ ਰਕਾਰਡ ਨੂੰ ਮਾਤ ਦੇ ਕੇ ਨਵੇਂ ਮਸਾਲ ਕਾਇਮ ਕੀਤੀ ਹੈ ਇਹਨਾਂ ਬੇਰਬਿਆਂ ਨੂੰ ਸਾਂਝਾ ਕਰਦਿਆਂ ਖੁਰਾਕ ਸਿਵਲ ਸਪਲਾਈਆਂ ਤੇ ਖਾਫਤਕਾਰ ਮਾਮਲੇ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਦੱਸਿਆ ਹੈ ਕਿ ਮੌਜੂਦਾ ਪੰਜਾਬ ਸਰਕਾਰ ਦੇ ਬਦਲੋ ਅਹੁਦਾ ਸੰਭਾਲਣ ਤੋਂ ਬਾਅਦ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਪੱਖੀ ਰਵਈਆ ਅਖਤਿਆਰ ਕੀਤਾ ਤੇ ਜਿਹਦੀ ਪੁਸ਼ਟੀ ਤੱਥਾਂ ਤੇ ਅੰਕੜਿਆਂ ਤੋਂ ਹੁੰਦੀ ਹੈ ਭਵਾਨੀਗੜ੍ਹ ਵਿੱਚ ਟਰੱਕ ਟਰਾਲੇ ਤੇ ਪਿਕਅਪ ਗੱਡੀ ਦੀ ਹੋਈ ਭਿਆਨਕ ਟੱਕਰ ਤਾਂ ਦੋਸਤੋ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਕੱਲ ਪਿੰਡ ਚਨੂ ਨੇੜੇ ਇੱਕ ਟਰੱਕ ਟਰਾਲੇ ਤੇ ਪਿਕਅਪ ਗੱਡੀ ਦੇ ਵਿਚਕਾਰ ਟੱਕਰ ਹੋ ਗਈ। ਦੁਰਘਟਨਾ ਦੇ ਵਿੱਚ ਪਿਕਅਪ ਚਾਲਕ ਸਮੇਤ ਉਹਦੇ ਸਹਾਇਕ ਨੂੰ ਕਾਫੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਭਾਰਤੀ ਕਰਵਾਇਆ ਗਿਆ ਹੈ। ਜਦਕਿ ਟਰਾਲਾ ਚਾਲਕ ਦਾ ਕਿਸੇ ਗੰਭੀਰ ਸੱਟ ਲੱਗਣ ਤੋਂ ਬਚਾ ਹੋ ਗਿਆ। ਜਾਣਕਾਰ ਦੇ ਅਨੁਸਾਰ ਪਿੰਡ ਚਨੂ ਦੇ ਨੇੜੇ ਹਾਈਵੇ ਤੇ ਗਲਤ ਸਾਈਡ ਤੋਂ ਪਟਿਆਲਾ ਵੱਲ ਜਾ ਰਹੀ ਪਿਕਅਪਾ ਗੱਡੀ ਦੇ ਸਾਹਮਣੇ ਤੋਂ ਆ ਰਹੇ ਰੇਤ ਅਦੇ ਭਰਿਆ ਕਾ ਵੱਡੇ ਟਰੱਕ ਟਰਾਲੇ ਦੇ ਨਾਲ ਭਿਆਨਕ ਟੱਕਰ ਹੋ ਗਈ। ਦੁਰਘਟਨਾ ਦੇ ਦਰਾਂ ਪਿਕਅਪ ਦੇ ਡਰਾਈਵਰ ਅਕੰਤਾ ਰਾਮ ਵਾਸੀ ਫਰਵਾਹੀ ਬਰਨਾਲਾ ਦੇ ਨਾਲ ਦੀ ਸੀਟ ਤੇ ਬੈਠਾ ਉਸਦਾ ਸਹਾਇਕ ਰਾਮ ਸਿੰਘਾ ਵਾਸੀ ਮਾਨਾ ਪਿੰਡੇ ਸੱਟਾਂ ਲੱਗਣ ਦੇ ਕਾਰਨ ਜ਼ਖਮੀ ਹੋ ਗਏ। ਪੰਚ ਅੱਤਵਾਦੀ ਹਮਲਾ ਪਹੁੰਚ ਗਿਆ ਦੇਲੇ ਹਰਾਸਤ ਵਿੱਚ ਲੈ ਗਏ 40 ਤੋਂ ਵੱਧ ਲੋਕ। ਜੀ ਆਂ ਦੋਸਤੋ ਜੰਮੂ ਕਸ਼ਮੀਰ ਦੇ ਪੌਂਚਾ ਵਿੱਚ ਅੱਤਵਾਦੀ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਫੜਨ ਦੇ ਲਈ ਚਲਾਈ ਗਈ ਵੱਡੇ ਮਹਿੰਮ ਦੇ ਤਹਿਤ 40 ਤੋਂ ਜ਼ਿਆਦਾ ਲੋਕਾਂ ਨੂੰ ਪੁੱਛ ਗਿਆ ਚ ਲਈ ਹਰਾਸਤ ਵਿੱਚ ਲਿਆ ਗਿਆ ਹੈ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਹੈ ਕਿ ਬਾਟਾ ਡੋਰੀਆ ਟੋਟਾ ਗਲੀਅਤ ਨੇੜਲੇ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮਹਿੰਮਾਂ ਤੇਜ਼ ਕਰਨ ਦੇ ਲਈ ਬਾਦੂ ਪੁਲਿਸ ਵੱਲੋਂ ਤੇ ਫੌਜੀ ਵੱਲੋਂ ਨਾਟ ਕੀਤੇ ਗਏ ਹਨ ਸੋਮਵਾਰ ਨੂੰ ਸਰਚ ਅਭਿਆਨ ਕਿਉਂ ਉਥੇ ਦਿਨ ਵਿੱਚ ਦਾਖਲ ਹੁੰਦੇ ਹੀ ਕਈ ਸੁਰੱਖਿਆ ਅਜੰਸੀਆਂ ਦੀ ਸਮੂਲਤਾ ਦੇ ਨਾਲ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਅਗਲੀ ਵੱਡੀ ਖਬਰ ਅਚਾਨਕ ਪੈਸਿਆਂ ਦੇ ਪਵੇ ਲੋੜਤਾ ਸਰਕਾਰ ਦੀ ਇਸ ਸਕੀਮ ਨੂੰ ਅਪਣਾਓ ਮਿਲਣਗੇ 10000 ਰੁਪਏ। ਜੀ ਹਾਂ ਦੋਸਤੋ ਜੀ ਅਚਾਨਕ ਤੁਹਾਨੂੰ ਕੁਝ ਪੈਸਿਆਂ ਦੇ ਲੋੜ ਪਵੇ ਤਾਂ ਤੁਸੀਂ ਕੀ ਕਰੋਗੇ? ਇਹਦਾ ਆਮ ਜਵਾਬ ਹੈ ਕਰਜ਼ਾ। ਪਰ ਕਰਜ਼ੇ ਦੇ ਨਾਲ ਵਿਆਜ ਦਾ ਬੋਝ ਵੀ ਆਉਂਦਾ ਹੈ ਤੇ ਇਹਦੇ ਲਈ ਤਹਾਡੇ ਛੋਟੇ-ਮੋਟੇ ਕਾਰਜ ਦੀ ਸਮੱਸਿਆ ਨੂੰ ਪ੍ਰਧਾਨ ਮੰਤਰੀ ਜਨਤਨ ਜੋ ਇਹਨਾਂ ਨੇ ਦੂਰ ਕਰ ਦਿੱਤੇ ਆ ਪ੍ਰਧਾਨ ਮੰਤਰੀ ਜਨਤਨ ਜੋਇਨਾ ਇੱਕ ਅਜਿਹਾ ਵੱਡਾ ਪ੍ਰੋਗਰਾਮ ਹੈ ਜੋ ਕਿ ਭਾਰਤ ਸਰਕਾਰ ਦੇ ਦੁਆਰਾ ਸਾਰੇ ਨਾਗਰਿਕਾਂ ਨੂੰ ਬੈਂਕਿੰਗ ਸੇਵਾਵਾਂ ਵਿੱਚ ਬੱਚਤ ਅਤੇ ਜਮਾ ਖਾਤੇ ਆ ਪੈਸੇ ਭੇਜਣ ਲੋਨਾਂ ਬੀਮਾ ਤੇ ਪੈਨਸ਼ਨ ਤੱਕ ਪਹੁੰਚ ਪ੍ਰਦਾਨ ਕਰਨ ਦੇ ਲਈ ਸ਼ੁਰੂ ਕੀਤਾ ਗਿਆ ਹੈ 5 April 2023 ਤੱਕ 48.7 ਕਰੋੜਾ ਲੋਕਾਂ ਦੇ ਖਾਤੇ ਖੋਲੇ ਜਾ ਚੁੱਕੇ ਹਨ ਤੇ ਹੱਦ ਦੇ ਨਾਲ ਹੀ 32.96 ਕਰੋੜ ਰੁਪਏ ਡੈਬਿਟ ਕਾਰਡ ਰਾਹੀਂ ਜਾਰੀ ਕੀਤੇ ਜਾਣ ਦੇ ਨਾਲ ਇਹ ਪ੍ਰੋਗਰਾਮ ਕਾਫੀ ਸਫਲ ਰਿਹਾ ਹੈ ਜਨਤਾ ਨਾਲ ਜੋਇਨਾ ਖਾਤੇ ਦੇ ਮੁੱਖ ਲਾਭਾਂ ਦੇ ਵਿੱਚੋਂ ਇੱਕ 10000 ਰੁਪਏ ਤੱਕ ਦੀ ਓਵਰਡਰਾਫਟ ਸਹੂਲਤ ਹੈ ਜੋ ਕਿ ਖਾਤੇ ਵਿੱਚ ਕੋਈ ਬਕਾਇਆ ਨਾ ਹੋਣ ਤੇ ਵੀ ਉਪਲਬਧ ਹੈ ਤੇ ਇਹ ਸਹੂਲਤ ਥੋੜੇ ਸਮੇਂ ਦੇ ਕਾਰਜ ਦੀ ਤਰ੍ਹਾਂ ਜੋ ਕਿ ਪਹਿਲਾਂ 5000 ਰੁਪਏ ਤੱਕ ਸੀਮਤ ਸੀ ਪਰ ਹੁਣ ਸਰਕਾਰ ਦੇ ਵੱਲ ਇਸ ਨੂੰ ਵਧਾ ਕੇ 10000 ਰੁਪਏ ਤੱਕ ਕਰ ਦਿੱਤਾ ਗਿਆ ਹੈ ਓਵਰਡਰਾਫਟ ਦੀ ਸਹੂਲਤ ਦਾ ਲਾਭ ਲੈਣ ਦੇ ਲਈ ਖਾਤਾ ਧਾਰਕ ਨੂੰ ਇਸ ਦੇ ਨਾਲ ਜੁੜੇ ਨਿਯਮਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਓਵਰਡਰਾਫਟ ਸਹੂਲਤ ਲਈ ਬਰਤੋਬਾਦ ਉਮਰ ਸੀਮਾ 65 ਸਾਲ ਅਤੇ ਇਸ ਦੇ ਯੋਗ ਹੋਣ ਦੇ ਲਈ ਜਨਤਨ ਖਾਤਾ ਘੱਟੋ ਘੱਟ 6 ਮਹੀਨੇ ਪੁਰਾਣਾ ਹੋਣਾ ਚਾਹੀਦਾ ਹੈ ਤੇ ਜੇਕਰ ਖਾਤਾ 6 ਮਹੀਨਿਆਂ ਤੋਂ ਘੱਟ ਪੁਰਾਣਾ ਹੈ ਤਾਂ ਸਿਰਫ 2000 ਰੁਪਏ ਤੱਕ ਦਾ ਓਵਰਡਰਾਫਟ ਉਪਲਬਧ ਹੈ ਓਵਰਡਰਾਫਟ ਸਹੂਲਤ ਤੋਂ ਇਲਾਵਾ ਜਨਤਨ ਖਾਤਾ ਜੋਇਨਾ ਖਾਤਾ ਦਰਕਟਨਾ ਬੀਮਾ ਇੱਕਾ ਚੈੱਕ ਬੁੱਕ ਅਤੇ ਇੱਕ 0 ਬੈਲੈਂਸ ਬਚਤ ਖਾਤੇ ਸਮੇਤ ਕਈ ਹੋਰ ਲਾਭ ਵੀ ਪ੍ਰਦਾਨ ਕਰਦਾ ਹੈ ਖਾਤਾ ਜਨਤਕ ਖੇਤਰ ਅਤੇ ਪ੍ਰਾਈਵੇਟ ਬੈਂਕਾਂ ਵਿੱਚ ਖੋਲਿਆ ਜਾ ਸਕਦਾ ਹੈ ਅਤੇ ਭਾਰਤ ਵਿੱਚ 10 ਸਾਲ ਤੋਂ ਬਾਅਦ ਉਮਰ ਦਾ ਕੋਈ ਵੀ ਨਾਗਰਿਕ ਇਸ ਨੂੰ ਖੁਲਭਾ ਸਕਦਾ ਹੈ ਅंसारी ਦੇ ਮਾਮਲੇ ਤੇ ਭੜੇ ਮਾਨ ਤੇ ਕੈਪਟਨ ਮਾਨ ਨੇ ਕਿਹਾ ਬੇਲੇ ਦੇ ਮੰਤਰੀ ਤੋਂ ਵਸੂਲਾਂਗੇ ਖਰਚਾ ਸੁਣ ਕੇ ਕੈਪਟਨ ਵੀ ਹੋਏ ਤੱਤੇ ਤਾਂ ਦੋਸਤੋ ਪੰਜਾਬ ਦੇ ਸਿਆਸਤ ਬੈਚ ਇਸ ਵਕਤ ਮੁਖਤਾਰ ਅंसारी ਦਾ ਮਾਮਲਾ ਪਖਿਆ ਹੋਇਆ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਆ ਗੈਂਗਸਟਰ ਮੁਖਤਾਰ ਅंसारी ਤੇ ਖਰਚੇ ਗਏ 55 ਲੱਖ ਰੁਪਏ ਨਾ ਦੇਣ ਦਾ ਫੈਸਲਾ ਕੀਤਾ ਜਿਸ ਦੇ ਉੱਤੇ ਪਲਟਵਾਰ ਕਰਦਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਖਰਚਾ ਸਰਕਾਰ ਨੂੰ ਹੀ ਦੇਣਾ ਪੈਂਦਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਇ ਇਲਜ਼ਾਮ ਜਕਰ ਕਰਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਆ ਗੈਂਗਸਟਰ ਮਖ्तार ਅंसारी ਤੇ ਖਰਚੇਗੇ 55 ਲੱਖ ਰੁਪਏ ਨਾ ਦੇਣ ਦਾ ਫੈਸਲਾ ਕੀਤਾ ਤੇ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਪੁਰਾਣੀ ਸਰਕਾਰ ਦੇ ਨੇਤਾਮਾਨੇ ਅंसारी ਦੇ ਨਾਲ ਦੋਸਤੀ ਨਿਭਾਈ ਪਰ ਉਹ ਅंसारी ਤੇ ਆਮ ਆਦਮੀ ਦੇ ਟੈਕਸ ਦਾ ਪੈਸਾ ਖਰਚ ਨਹੀਂ ਕਰਨਗੇ ਸੀਮ ਭਗਵਾਨ ਤਮਾਨ ਦਾ ਕਹਿਣਾ ਹੈ ਕਿ ਯੂਪੀ ਡੇ ਅਪਰਾਧੀ ਨੂੰ ਵੀਆਈਪੀ ਸਹੂਲਤਾਂ ਵਾਲੀ ਰੋਪੜ ਜੇਲ੍ਹ ਵਿੱਚ ਰੱਖਿਆ ਗਿਆ ਤੇ 48 ਵਾਰ ਬਰੰਟ ਜਾਰੀ ਹੋਣ ਦੇ ਬਾਵਜੂਦ ਉਹ ਪੇਸ਼ ਨਹੀਂ ਹੋਇਆ ਤੇ ਮਹਿੰਗੇ ਵਕੀਲ ਲਾਗੇ ਹੋਏ ਸੰਤ ਜਿਨ੍ਹਾਂ ਦਾ ਖਰਚਾ ਲਗਭਗ 55 ਲੱਖ ਰੁਪਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਟੈਕਸ ਵਿੱਚੋਂ ਖਰਚੇ ਵਾਲੀ ਫਾਈਲ ਨੂੰ ਮੁਰਦ ਦਿੱਤਾ ਹੈ ਜਿਨ੍ਹਾਂ ਮੰਤਰੀਆਂ ਦੇ ਹੁਕਮਾਂ ਤੇ ਇਹ ਫੈਸਲਾ ਲਿਆ ਗਿਆ ਹੈ ਤੇ ਉਹਨਾਂ ਤੋਂ ਖਰਚੇ ਦੀ ਵਸੂਲੀ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਪਲਟਬਾਰ ਇਸ ਮਾਮਲੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਗਵਾਨ ਤਮਨ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕਿਸੇ ਵੀ ਸੂਬੇ ਵਿੱਚ ਕਿਸੇ ਵਿਅਕਤੀ ਦਾ ਕੋਈ ਵੀ ਮਾਮਲਾ ਹੁੰਦਾ ਹੈ ਤਾਂ ਪੁਲਿਸ ਉਸ ਨੂੰ ਟਰਾਂਜ਼ੈਕਟਰ ਮੰਨ ਤੇ ਲੈ ਕੇ ਜਾਂਚ ਕਰਦੀ ਹੈ ਜੋ ਵੀ ਖਰਚਾ ਜਾਂ ਜੋ ਵੀ ਸਿਸਟਮ ਹੁੰਦਾ ਹੈ ਤਾਂ ਉਸ ਦਾ ਭੁਗਤਾਨ ਸੂਬੇ ਦੀ ਸਰਕਾਰ ਤੇ ਪੁਲਿਸ ਨੇ ਕਰਨਾ ਹੁੰਦਾ ਹੈ ਜੇਕਰ ਬਸ਼ਨੋਈ ਦੀ ਗੱਲ ਕਰੀਏ ਤਾਂ ਬਸ਼ਨੋਈ ਕਾਫੀ ਸਮੇਂ ਤੋ ਬਟੰਡਾ ਜੇਲ੍ਹ ਦੇ ਵਿੱਚ ਬੰਦ ਸੀ ਹੁਣ ਕੁਝ ਦਿਨ ਪਹਿਲਾਂ ਦਿੱਲੀ ਪੁਲਿਸ ਉਸਨੂੰ ਟ੍ਰਾਂਸਫਰ ਕਰ ਮਾਰਤੇ ਲੈ ਕੇ ਗਈ ਸੀ